ਤਸਵੀਰਾਂ ਅੰਮ੍ਰਿਤਸਰ ਦੇ ਛੇਹਰਟਾ ਰੋਡ ਇਲਾਕੇ ਦੀਆਂ ਨੇ, ਜਿੱਥੇ ਦੇਰ ਰਾਤ ਇੱਕ ਨੀਟਿੰਗ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਫੈਕਟਰੀ ਮਾਲਕ ਮੁਤਾਬਕ ਅੱਗ ਦਾ ਪਤਾ ਉਦੋਂ ਲੱਗਾ ਜਦੋਂ ਕਿਸੇ ਨੇ ਚੌਕੀਦਾਰ ਨੂੰ ਫੈਕਟਰੀ ਦੇ ਪਿਛਲੇ ਪਾਸੇ ਨਿਕਲ ਰਹੇ ਧੂੰਏ ਬਾਰੇ ਦੱਸਿਆ। ਹਾਲੇ ਐਗਜੈਕਟਲੀ ਨਹੀਂ ਪਤਾ ਲੱਗਾ, ਮੋਸਟ ਪ੍ਰੋਬਬਲੀ ਉਹਨਾਂ ਕੋਲ ਸ਼ਾਰਟ ਸਰਕਟ ਹੋਇਆ, ਦੈਟ ਇਜ਼ ਦ ਓਨਲੀ ਰੀਜ਼ਨ ਆਈ ਥਿੰਕ ਸੋ। ਫੈਕਟਰੀ ਅੱਜ ਛੁੱਟੀ ਜੀ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅੱਗ ਲੱਗੀ? ਅੱਜ ਛੁੱਟੀ ਹੈ, ਗੇਟ ਬੰਦ ਸਨ, ਸਾਡੇ ਦੋ ਚੌਂਕੀਦਾਰ ਅੱਗੇ ਬੈਠੇ ਹੋਏ ਸੀ, ਉਹਨਾਂ ਨੂੰ ਪਿੱਛੋਂ ਕਿਸੇ ਬੰਦੇ ਨੇ ਆ ਕੇ ਕਿਹਾ ਕਿ ਧੂੰਆਂ ਨਿਕਲ ਰਿਹਾ, ਤੁਸੀਂ ਜਰਾ ਚੈੱਕ ਕਰੋ। ਉਹ ਜੋ ਚੈੱਕ ਕਰਨਗੇ ਨਾ, ਉਹਨਾਂ ਨੂੰ ਫਿਰ ਪਤਾ ਲੱਗਾ ਕਿ ਵੀ ਅੰਦਰ ਆਏ ਲੱਗੇ। ਫਿਰ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ, ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਕੰਟੈਕਟ ਕੀਤਾ, ਫਿਰ ਇੱਥੇ ਆ ਗਏ। ਕਿੰਨੇ ਕੁ ਦਾ ਨੁਕਸਾਨ ਹੋਇਆ ਤਾਂ ਕੁਛ? ਹਾਲੇ ਕੁਛ ਨਹੀਂ, ਚਾਰਜ ਇਸ ਟੂ ਹੋਲੀ ਫੋਰ ਦੈਟ। ਲੱਕੀਲੀ ਇਟਸ ਅੰਡਰ ਕੰਟਰੋਲ। ਟਾਊਨ ਹਾਲ ਤੋਂ ਤਲਾਹ ਆਈ ਸੀ ਕਿ ਛਿਆੜਾ ਰੋਡ 'ਤੇ ਯੂਨੀਵਰਸਿਟੀ ਦੇ ਲਾਗੇ ਕੋਈ ਇੱਕ ਫੈਕਟਰੀ ਵਿੱਚ ਅੱਗ ਲੱਗੀ ਹੈ। ਅਸੀਂ ਮੌਕੇ 'ਤੇ ਇੱਕ ਢਾਵਸੀ ਰਾਮ ਦੀ ਗੱਡੀ ਅਤੇ ਇੱਕ ਗੱਡੀ ਨਗਰ ਨਿਗਮ ਦੀ ਮੌਕੇ 'ਤੇ ਉਸੇ ਵੇਲੇ ਕੱਢ ਦਿੱਤੀ ਹੈ। ਆਉਂਦਿਆਂ ਹੀ ਅਸੀਂ ਦੇਖਿਆ ਮੌਕੇ 'ਤੇ ਅੱਗ ਬਹੁਤ ਜ਼ਿਆਦਾ ਸੀ, ਆਉਂਦਿਆਂ ਹੀ ਅਸੀਂ ਅੱਗ 'ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਦੇ ਤਕਰੀਬਨ ਅਸੀਂ ਅੱਗ 'ਤੇ ਕਾਬੂ ਪੂਰਾ ਪਾ ਲਿੱਤਾ ਗਿਆ। ਕਿੰਨੀਆਂ ਗੱਡੀਆਂ ਮੌਕੇ 'ਤੇ? ਮੌਕੇ 'ਤੇ ਦੋ ਗੱਡੀਆਂ ਆਈਆਂ ਜੀ। ਹੁਣ ਕੀ ਪੋਜੀਸ਼ਨ? ਹੁਣ ਅੱਗ 'ਤੇ ਪੂਰਾ ਕੰਟਰੋਲ ਹੋ ਚੁੱਕਾ ਹੈ, ਜਿਹੜਾ ਲੇਬਰ ਹੈ ਇਹਨਾਂ ਦੀ ਉਹ ਸਾਰਾ ਮਾਲ ਬਾਹਰ ਕੱਢ ਰਹੀ ਹੈ। ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਅੰਦਰ ਜੇ ਕੋਈ ਅੱਗ ਰਹਿੰਦੀ ਹੋਈ ਤਾਂ ਉਸਨੂੰ ਪੂਰਾ ਬੁਝਾ ਕੇ ਅਸੀਂ ਜਾਵਾਂਗੇ। ਦੇਖੋ, ਜਾਣਕਾਰੀ ਤੁਹਾਨੂੰ ਮਾਲਕ ਨੇ ਪਹਿਲਾਂ ਦੱਸ ਹੀ ਦਿੱਤਾ, ਜਿਹੜੇ ਮਾਲਕ ਨੇ ਫੈਕਟਰੀ ਦੇ, ਫਿਰ ਵੀ ਅਜੇ ਉਹ ਜਿਹੜਾ ਉਹਨਾਂ ਦਾ ਮਾਲ ਆ ਅੰਦਰੋਂ ਨਿਕਲ ਰਿਹਾ, ਕਿੰਨੇ ਦਾ ਨੁਕਸਾਨ ਹੋਇਆ ਉਹ ਤਾਂ ਸੁਬਾਹ ਹੀ ਦੱਸਣਗੇ ਨਾ। ਦੱਸਣਗੇ ਜਿਹੜੀ ਉਹਦੇ ਮੁਤਾਬਕ ਚਾਹੇ ਅਸੀਂ 427 ਦੀ ਰਿਪੋਰਟ ਲਿਖ ਦਿੰਦੇ ਹਾਂ, ਉਹ ਦਰਜ ਕਰਾਂਗੇ ਅਸੀਂ। ਸ਼ਾਰਟ ਸਰਕਟ ਹੋਇਆ ਉਹਦਾ ਰੀਜ਼ਨ ਤਾਂ ਇਹੀ ਹੈਗਾ ਫਿਲਹਾਲ, ਇਸ ਤਰ੍ਹਾਂ ਹੀ ਪਤਾ ਲੱਗ ਰਿਹਾ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।